ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਨਸਾਨ ਜਿਹੜੇ ਹੋਊਗੇ ਨਾ ਇਸ ਧਰਤੀ 'ਤੇ, ਉਹ ਵੀਡੀਓ ਜ਼ਰੂਰ ਸੁਣ ਲਿਓ। ਮੈਨੂੰ ਪਤਾ ਕਿ ਤੁਹਾਡਾ ਬਹੁਤ ਕੀਮਤੀ ਟਾਈਮ, ਆਪਣੇ ਇੰਨੇ ਕੀਮਤੀ ਟਾਈਮ 'ਚੋਂ ਤੁਸੀਂ ਮੇਰੇ ਲਈ 5 ਮਿੰਟ ਕੱਢਣੇ ਆ, ਬਹੁਤ ਅਹਿਸਾਨ ਹੈ। ਤੁਸੀਂ ਰੋਜ਼ ਸੋਚਦੇ ਹੋਵੋਗੇ ਨਾ ਕਿ ਰੋਜ਼ ਕੋਈ ਨਾ ਕੋਈ ਟੋਪਿਕ ਲੈ ਕੇ ਲੱਥੀ ਲਾਈ ਕਰਨਾ ਆ ਜਾਂਦਾ, ਹੈ ਨਾ, ਇੰਨਾ ਕਲਪਤਰ ਦਾ ਵੀਡੀਓ 'ਚ ਇਹਨੂੰ ਕੀ ਮਿਲਦਾ, ਇੰਨੀ ਐਨਰਜੀ ਵੇਸਟ ਕਰਕੇ ਮੈਨੂੰ ਕੁਛ ਨਹੀਂ ਮਿਲਦਾ। ਪਰ ਮੈਂ ਨਾ ਤੁਹਾਨੂੰ ਹਮੇਸ਼ਾ ਵੀਡੀਓ ਦੇ ਵਿੱਚ ਲਾਈਵ ਹਾਲਾਤ ਦਿਖਾਉਂਦਾ ਹਾਂ ਕਿ ਆਪਣੇ ਇਨਸਾਨ ਦੇ ਇੱਕ ਮਰਨ ਤੋਂ ਬਾਅਦ ਜੇ ਤੁਹਾਡੀ ਪਹਿਚਾਣ ਨਾ ਹੋਵੇ ਤਾਂ ਉਹਦੇ ਹਾਲਾਤ ਕੀ ਹੁੰਦੇ ਆ। ਜਿੱਦਾਂ ਕਿ ਵੀ ਡੂਨਟ ਨੇ ਦੁਸ਼ਹਿਰੇ ਵਾਲੇ ਦਿਨ ਇੱਕ ਔਕਾਤ ਨਾਲੋਂ ਵੱਧ ਜ਼ਿੰਮੇਵਾਰੀ ਚੱਕ ਲਈ ਸੀ। ਉਹ ਜ਼ਿੰਮੇਵਾਰੀ ਇਹ ਸੀ ਕਿ ਲੁਧਿਆਣੇ ਸ਼ਹਿਰ ਦੇ ਵਿੱਚ ਜੇ ਕੋਈ ਵੀ ਡੈੱਡ ਬੋਡੀ ਜਿਹਦੇ ਅੱਗੇ ਪਿੱਛੇ ਕੋਈ ਹੈ ਨਹੀਂ, ਜਿਹਨੂੰ ਆਪਾਂ ਇੱਕ ਲਵਾਰਸ ਦਾ ਨਾਮ ਦਿੰਦੇ ਹਾਂ, ਜੇ ਉਹਦੇ ਕੋਲ ਲੱਕੜਾਂ ਦੇ ਸੰਸਕਾਰ, ਵੈਸੇ ਤਾਂ ਓਬਵੀਅਸ ਹੀ ਗੱਲ ਹੈ ਜੇ ਕੋਈ ਬੰਦਾ ਇਸ ਦੁਨੀਆ ਦੇ ਵਿੱਚ ਚਲਾ ਜਾਂਦਾ ਅਤੇ ਉਹਦੇ ਘਰ ਦੇ ਕੋਲ ਨਹੀਂ ਹੁੰਦੇ ਤਾਂ ਉਹ ਵਿਚਾਰਾ ਕਿੱਦਾਂ ਆਵਾਜ਼ ਮਾਰ ਕੇ ਦੱਸੂਗਾ ਕਿ ਮੇਰਾ ਸੰਸਕਾਰ ਕਰਾ ਦਿਉ। ਤਾਂ ਇਹ ਡਿਊਟੀ ਸਾਡੀ ਸਰਕਾਰ ਦੀ ਹੈ। ਪਰ ਕੀ ਬੋਲਾਂ, ਰੋਜ਼ ਰੋਜ਼ ਮੈਂ ਸਰਕਾਰ ਬਾਰੇ ਯਾਰ, ਹੈ ਨਾ, ਰੋਜ਼ ਬੋਲ ਬੋਲ ਕੇ ਮੈਂ ਵੀ, ਮੈਨੂੰ ਸ਼ਰਮ ਆਉਣ ਲੱਗ ਗਈ ਕਿ ਕਿੰਨੀ ਕੁ ਮੇਰੇ ਪ੍ਰਸ਼ਾਸਨ ਤੱਕ ਗੱਲਾਂ ਪਹੁੰਚ ਰਹੀਆਂ। ਹਾਲਾਂਕਿ ਮੈਨੂੰ ਤਾਂ ਇੰਨਾ ਪ੍ਰਾਊਡ ਫੀਲ ਹੁੰਦਾ ਕਿ ਅੱਜ ਤੋਂ 1 ਸਾਲ ਪਹਿਲਾਂ ਨਾ ਕੈਨੇਡਾ ਗੌਰਮੈਂਟ ਵੱਲੋਂ ਸਾਨੂੰ ਐਪਰੀਸ਼ੀਏਸ਼ਨ ਲੈਟਰ ਆਈ ਸੀ ਅਤੇ ਅਸੀਂ ਕੰਬਲੇ ਹੋਏ ਵੇ ਸਾਰੇ ਟੀਮ ਮੈਂਬਰ ਕਿ ਕਿਆ ਬਾਤ ਹੈ ਯਾਰ, ਗੋਰਿਆਂ ਨੇ ਐਪਰੀਸ਼ੀਏਸ਼ਨ ਲੈਟਰ ਭੇਜੀ ਵੀ ਡੂਨਟ ਨੂੰ, ਪਰ ਅੱਜ ਤੱਕ ਕਦੀ ਪੰਜਾਬ ਅਤੇ ਇੰਡੀਆ ਸਰਕਾਰ ਵੱਲੋਂ ਉਹਨੇ ਐਪਰੀਸ਼ੀਏਸ਼ਨ ਨਹੀਂ ਆਈ। ਤੁਹਾਡੀ ਥਾਪੀ ਦੇ ਭੁੱਖੇ ਨਹੀਂ ਅਸੀਂ, ਸਾਨੂੰ ਜਿੰਨਾ ਕੁ ਸਾਡੇ ਵੀਰ ਜੁੜੇ ਹੋਏ ਆ ਪਿਆਰ ਕਰਨ ਵਾਲੇ, ਸਾਨੂੰ ਲੱਗਦਾ ਕਿ ਸਾਨੂੰ ਇਹਨਾਂ ਦੀ ਥਾਪੀਆਂ ਜ਼ਿਆਦਾ ਮਾਇਨੇ ਰੱਖਦੀਆਂ ਤੁਹਾਡੀ ਥਾਪੀਆਂ ਨਾਲੋਂ। ਪਰ ਫਿਰ ਵੀ ਜਦੋਂ ਦੇਸ਼ ਦੀ ਯੂਥ ਬਦਲਣੀ ਹੋਵੇ ਨਾ ਤਾਂ ਜਿੰਨੀ ਕੁ ਪਰਸੈਂਟੇਜ ਯੂਥ ਚੰਗੇ ਕੰਮ ਕਰ ਰਹੀ ਉਹਨਾਂ ਨੂੰ ਹੱਲਾਸ਼ੇਰੀ ਦਿਆ ਕਰੋ, ਹੋਰ ਨਹੀਂ ਕੁਛ ਤੁਹਾਡੇ ਤੋਂ ਭਾਲ ਦਿਓ ਨਾ। ਮੈਂ ਫੰਡਿੰਗ ਦਾ ਭੁੱਖਾ ਵਾਂ ਕਿ ਸਰਕਾਰ ਵੱਲੋਂ ਫੰਡਿੰਗ ਮਿਲ ਜਾਵੇ ਤਾਂ ਮੈਂ ਬੜੀ ਤੁਹਾਡੀ ਸਰਕਾਰ ਦੀ ਵਾਹ ਵਾਹ ਕਰ ਦੂੰਗਾ। ਪਰ ਹਾਂ, ਜਿੱਥੇ ਸਾਥ ਦੀ ਲੋੜ ਆ ਸਰਕਾਰ ਦੀ ਉੱਥੇ ਸਾਥ ਦਿਓ। ਜਿੰਨੀ ਕੁ ਵੇਸਟੇਜ ਆਪਣੇ ਦੇਸ਼ ਦੇ ਵਿੱਚ ਹੋ ਰਹੀ ਹੈ ਨਾ, ਭਾਵੇਂ ਉਹ ਇੱਕ ਜੇ ਛੋਟੇ ਜਿਹੇ ਮੁੱਦੇ 'ਤੇ ਮੈਂ ਗੱਲ ਕਰਾਂ, ਇਲੈਕਟ੍ਰੀਸਿਟੀ ਵੇਸਟੇਜ, ਭਾਜੀ ਇਲੈਕਟ੍ਰੀਸਿਟੀ ਵੇਸਟੇਜ ਤੁਸੀਂ ਦੇਖੀ ਕਦੀ ਹੁੰਦੀ, ਦਿਨ 'ਚ ਵੀ ਲਾਈਟਾਂ ਚੱਲਦੀਆਂ। ਹਾਂ ਬਿਲਕੁਲ ਜੀ ਬਿਲਕੁਲ। ਜੇ ਉਹ ਸੁਧਰ ਜਾਵੇ ਨਾ ਤਾਂ ਮੈਨੂੰ ਲੱਗਦਾ ਕਿ ਲਵਾਰਸ ਲਾਸ਼ ਦੇ ਜਿਹੜੇ ਸੰਸਕਾਰ ਅਤੇ ਲੱਕੜਾਂ ਦੇ ਪੈਸੇ ਡੋਨਰ ਲਾ ਰਿਹਾ ਨਾ, ਉਹ ਸਰਕਾਰ ਆਪਣੀ ਜੇਬੋਂ ਕਰ ਲਵੇ, ਉਸ ਤੋਂ ਵੱਧ ਪੈਸੇ ਬਚ ਜਾਣੇ ਆ। ਇੱਕ ਪਿੱਛੇ ਮੁੱਦਾ ਉੱਠਿਆ ਸੀ ਕਿ ਮੀਟਰ ਦੇ ਨਾਲ ਲਾਲ ਲਾਈਟ ਚੱਲਦੀ ਹੁੰਦੀ ਹੈ, ਕਿੰਨੇ ਦਾ ਘਪਲਾ ਹੁੰਦਾ ਉਹ ਜਿਹੜੀ ਸਟਰੀਟ ਲਾਈਟਾਂ ਹਰ ਇੰਡੀਅਨ ਦਿਨ ਦੇ ਵਿੱਚ ਰੋਡ 'ਤੇ ਚੱਲਦੀਆਂ ਦੇਖਦਾ। ਮੈਂ ਆਪ ਗਵਾਹ ਹਾਂ ਯਾਰ, ਮੈਂ ਕਿਸੇ ਦੀ ਗੱਲ ਸੁਣੀ ਸੁਣਾਈ ਕੀ ਦੱਸਾਂ, ਜਿੰਨੇ ਤੁਸੀਂ ਵੀਡੀਓ ਦੇਖ ਰਹੇ ਹੋ ਤੁਸੀਂ ਆਪ ਵੀ ਗਵਾਹ ਹੋਵੋਗੇ ਕਿ ਦਿਨ ਦੇ ਵਿੱਚ ਵੀ ਇੱਕ ਗੌਰਮੈਂਟ ਦੀ ਐਸੀਆਂ ਮਤਲਬ ਉਹ ਹੈਗੀਆਂ ਮਿਸਟੇਕਸ ਕਿ ਜੇ ਉਹ ਸਹੀ ਹੋ ਜਾਣ ਤਾਂ ਕਿੰਨਾ ਰੁਪਈਆ ਬਚ ਜੂਗਾ, ਔਰ ਉਹ ਪੈਸਿਆਂ ਨਾਲ ਇੱਕ ਮਰੇ ਬੰਦੇ ਦੀ ਲੱਕੜਾਂ ਦੇ ਪੈਸੇ ਇਕੱਠੇ ਹੋ ਸਕਦੇ ਆ ਅਤੇ ਉਹ ਮਰਾ ਬੰਦਿਆ ਦੁਨੀਆ 'ਚੋਂ ਚੰਗੀ ਤਰ੍ਹਾਂ ਜਾ ਸਕਦਾ। ਸਾਡੇ ਕੋਲ ਨਾ ਡੇਲੀ ਹੁਣ ਇੱਦਾਂ ਦੇ ਕੇਸ ਆ ਰਹੇ ਆ ਕਿ ਸਾਨੂੰ ਪੰਜਾਬ ਪੁਲਿਸ 'ਚੋਂ ਕਾਲ ਆਉਂਦੀ ਹੈ ਕਿ ਵੀਰੇ ਇੱਦਾਂ ਦੀ ਇੱਕ ਬੋਡੀ ਆਈ ਹੈ ਲਵਾਰਿਸ ਅਤੇ ਉਹਨੂੰ 72 ਘੰਟੇ ਹੋ ਚੁੱਕੇ ਅਤੇ ਹੁਣ ਅਸੀਂ ਉਹਨੂੰ ਸ਼ਮਸ਼ਾਨ ਘਾਟ ਜਾ ਕੇ ਲੱਕੜਾਂ ਨਾਲ ਉਹਦਾ ਸੰਸਕਾਰ ਕਰਨਾ, ਜੇ ਤੁਹਾਡੇ ਕੋਲ ਕੋਈ ਡੋਨਰ ਹੈਗਾ ਤਾਂ ਭੇਜ ਦਿਓ। ਤਾਂ ਸਾਡੇ ਰੈਗੂਲਰਲੀ 2-3 ਬੋਡੀਆਂ ਡੇਲੀ ਆਉਂਦੀਆਂ ਰਹਿੰਦੀਆਂ ਅਤੇ ਸਾਡੇ ਡੋਨਰ ਜਾਂਦੇ ਰਹਿੰਦੇ ਆ ਅਤੇ ਤੁਹਾਨੂੰ ਮੈਂ ਉਹ ਤਾਂ ਚਲੋ ਵੀਡੀਓਜ਼ ਦਿਖਾਉਂਦਾ ਰਹਿੰਦਾ। ਅੱਜ ਮੈਂ ਤੁਹਾਨੂੰ ਦਿਖਾ ਰਿਹਾ ਕਿ ਆਹ ਜਿੱਦਾਂ ਸਾਡੇ ਕੋਲ ਬੋਡੀ ਆਉਂਦੀ ਹੈ ਅਤੇ ਉਹਦੇ ਅੱਗੇ ਪਿੱਛੇ ਕੋਈ ਨਹੀਂ ਹੁੰਦਾ ਅਤੇ ਉਹਦੇ ਇੱਦਾਂ ਸੰਸਕਾਰ ਕਰਾਇਆ ਜਾਂਦਾ। ਜਿੱਦਾਂ ਦੇਖੋ ਇੱਕ ਵੀ ਬੰਦਾ ਨਹੀਂ ਕੋਲ ਖੜਾ ਹੁੰਦਾ, ਜਦੋਂ ਬੰਦੇ 'ਤੇ ਇੰਨਾ ਕੁ ਮਾੜਾ ਟਾਈਮ ਆਉਂਦਾ ਕਿ ਉਹਦੇ ਬੰਦਾ ਇੱਕ ਵੀ ਕੋਲ ਨਹੀਂ ਖੜਾ ਹੁੰਦਾ ਅਤੇ ਉਹਦੇ ਹਾਲਾਤ ਦੇਖੋ ਕੀ ਹੈ, ਇੱਦਾਂ ਬੰਦੇ ਨੂੰ ਸਾੜਦੇ ਆ। ਬਾਕੀ ਜਿਹੜੇ ਭਾਅ ਜੀ ਲੈ ਕੇ ਆਏ ਉਹਨਾਂ ਨੂੰ ਤੁਸੀਂ ਆਹ ਵੀਡੀਓ ਦੇਖ ਸਕਦੇ ਹੋ, ਆਹ ਜਦੋਂ ਇੱਕ ਆਹ ਵੀਡੀਓ ਜਿਹਦੇ ਵਿੱਚ ਇੱਕ ਕਿੰਨੇ ਦੇਖੋ ਪਿਆਰ ਨਾਲ ਬੰਦੇ ਨੂੰ ਲੈ ਕੇ ਆਇਆ ਜਾ ਰਿਹਾ। ਇਹ ਮੈਂ ਕਿਸੇ ਦੀ ਲੱਥੀ ਲਾਈ ਨਹੀਂ ਕਰ ਰਿਹਾ ਕਿ ਜਿਹੜੇ ਬੰਦੇ ਇਹਨੂੰ ਚੱਕ ਰਿਹਾ ਦੇਖਿਓ ਕਿੱਦਾਂ ਜਾਊਗਾ ਹੁਣ ਬੰਦਾ, ਔਰ ਰੱਬ ਨਾ ਕਰੇ ਜੇ ਕਿਤੇ ਮੈਂ ਕਿਸੇ ਦੀ ਗੱਲ ਤਾਂ ਕੀ ਕਰਨੀ ਜੇ ਮੈਂ ਆਪਣੀ ਗੱਲ ਕਰਾਂ ਆਪਣੇ ਜਾਂ ਮੈਂ ਇੱਕ ਗੱਲ ਕਹੀ ਹੋਈ ਵੀਡੀਓ 'ਚ ਪੁਰਾਣੀ, ਮੈਂ ਕਿਹਾ ਸਪੋਜ਼ ਕਿ ਮੈਂ ਕਿਸੇ ਬਾਰੇ ਤਾਂ ਨਹੀਂ ਬੋਲਦਾ, ਮੈਂ ਕਹਿੰਦਾ ਉਹਨੇ ਕਹਿਣਾ ਐਵੇਂ ਬਗਾਨੇ ਪੁੱਤ ਬਾਰੇ ਬੋਲੀ ਜਾਂਦਾ, ਆਪਣੇ ਬਾਰੇ ਬੋਲ ਕੇ ਦਿਖਾ। ਇਸ ਕਰਕੇ ਮੈਂ ਆਪਣੇ 'ਤੇ ਲੈਂਦਾ ਗੱਲ, ਰੱਬ ਨਾ ਕਰੇ ਕਿ ਜਦੋਂ ਮੈਨੂੰ ਕੁਛ ਹੋਵੇ ਮੈਂ ਦੂਜੇ ਸ਼ਹਿਰ ਦੇ ਵਿੱਚ ਹੋਵਾਂ ਜਿੱਥੇ ਮੈਨੂੰ ਕੋਈ ਨਾ ਜਾਣਦਾ ਹੋਵੇ, ਉਹਨਾਂ ਲਈ ਮੈਂ ਲਵਾਰਸ ਹਾਂ ਇੱਕ ਅਨਨੋਨ, ਅਤੇ ਉਹ ਮੈਨੂੰ ਇੱਦਾਂ ਟ੍ਰੀਟ ਕਰ ਰਿਹਾ ਕਿ ਜਿਵੇਂ ਮੇਰੇ ਕੋਈ ਅੱਗੇ ਪਿੱਛੇ ਹੈ ਹੀ ਨਹੀਂ, ਕਿ ਮੇਰੇ ਮਾਂ ਬਾਪ ਕਦੀ ਹੈ ਹੀ ਨਹੀਂ। ਇਸ ਕਰਕੇ ਕਦੀ ਵੀ ਜਦੋਂ ਕੋਈ ਅਨਨੋਨ ਬੰਦਾ ਹੋਵੇ ਨਾ ਉਹਨੂੰ ਜ਼ਿਆਦਾ ਪਿਆਰ ਨਾਲ ਟ੍ਰੀਟ ਕਰਿਆ ਕਰੋ। ਪਰ ਇੱਕ ਸਾਡਾ ਜਿਹੜਾ ਭਰਾ ਅੱਜ ਸ਼ਮਸ਼ਾਨ ਘਾਟ, ਉਹਦੀ ਉਮਰ ਹੈਗੀ 22-23 ਸਾਲ, ਅਤੇ ਇੱਕ 22-23 ਸਾਲ ਦੇ ਮੁੰਡੇ ਦਾ ਸ਼ਮਸ਼ਾਨ ਘਾਟ ਜਾ ਕੇ ਕਿਸੇ ਡੈੱਡ ਬੋਡੀ ਨੂੰ ਆਪਣੇ ਹੱਥੀਂ ਅੱਗ ਦੇਣੀ, ਚਿਤਾ ਦੇਣੀ, ਉਹਨੂੰ ਅਗਨੀ ਦੇਣੀ, ਸੋਚ ਕੇ ਦੇਖਿਓ ਜਿਗਰਾ ਚਾਹੀਦਾ। ਗੇੜੀਆਂ ਲਈ ਸ਼ਰਾਬਾਂ ਲਈ ਤਾਂ ਸਾਰੇ ਤੁਰਦੇ ਰਹਿੰਦੇ ਆ, ਪਰ ਇੱਕ ਸ਼ਮਸ਼ਾਨ ਘਾਟ ਜਾ ਕੇ ਅਨਨੋਨ ਬੰਦੇ ਨੂੰ ਅੱਗ ਦੇਣੀ, ਕਿੰਨਾ ਕੁ ਦਮ ਚਾਹੀਦਾ ਹੋਊਗਾ ਉਹਦੇ ਲਈ ਸਾਡੇ ਡੋਨਰਾਂ ਦੇ ਵਿੱਚ ਹੈਗਾ। ਉਹ ਬਾਈ ਤੁਹਾਨੂੰ ਲਾਈਵ ਫੀਡਬੈਕ ਦਊਗਾ ਕਿ ਇੱਕ ਮਰਨ ਤੋਂ ਬਾਅਦ ਬੰਦੇ ਦੇ ਕੀ ਹਾਲਾਤ ਹੁੰਦੇ ਆ, ਅਤੇ ਜ਼ਰੂਰ ਅਕਸ਼ੇ ਭਾਅ ਜੀ ਤੁਸੀਂ ਸ਼ੇਅਰ ਕਰੋ ਅੱਜ ਤੁਸੀਂ ਗਏ ਹੋ ਸ਼ਮਸ਼ਾਨ ਘਾਟ, ਕੀ ਦੇਖਿਆ ਅਤੇ ਬੰਦੇ ਦੀ ਕਦਰ ਕੀ ਜ਼ਰੂਰ ਸਾਂਝੀ ਕਰੋ। ਭਾਅ ਜੀ ਮੈਨੂੰ ਕਾਲ ਆਈ ਸੀਗੀ ਕਿ ਸ਼ਮਸ਼ਾਨ ਘਾਟ ਜਾਣਾ, ਅਤੇ ਅਸੀਂ ਗਏ ਅਤੇ ਉੱਥੇ ਦੇਖਿਆ ਹਾਲੇ ਲਾਸ਼ ਆਈ ਨਹੀਂ ਸੀਗੀ, ਪੁਲਿਸ ਵਾਲੇ ਖੜ੍ਹੇ ਸੀਗੇ। ਜਦੋਂ ਲਾਸ਼ ਆਈ ਅਤੇ ਇੱਕ ਰੇੜੇ ਦੇ ਵਿੱਚ ਲਾਸ਼ ਆਈ ਸੀਗੀ, ਪਹਿਲਾਂ ਤਾਂ ਗੱਲ ਹੈ ਰੇੜੇ 'ਤੇ ਲਾਸ਼ ਆ ਰਹੀ, ਬਹੁਤ ਆਪਣੇ ਆਪ 'ਤੇ ਕੁਛ ਹੁੰਦਾ ਕਿ ਰੇੜੇ 'ਤੇ ਲਾਸ਼ ਲੈ ਕੇ ਆ ਰਹੇ ਹਾਂ। ਸਿਵਲ ਹਸਪਤਾਲ ਤੋਂ ਸ਼ਮਸ਼ਾਨ ਘਾਟ ਤੱਕ ਰੇੜੇ
ਜਿਹੜਾ ਲਾਸ਼ ਲੈ ਕੇ ਆਉਂਦਾ ਵਾ ਉਹਦੇ ਵਾਸਤੇ ਤਾਂ ਬਸ ਮਜ਼ਾਕ ਹੀ ਬਣ ਕੇ ਰਹਿ ਜਾਂਦਾ ਵਾ, ਜਿਹੜਾ ਲਾਈਵ ਖੜਾ ਹੁੰਦਾ ਵਾ ਉਹਨੂੰ ਪਤਾ ਲੱਗਦਾ ਵਾ ਉੱਥੇ ਕੀ ਹੁੰਦਾ ਪਿਆ ਵਾ ਕਿ ਨਹੀਂ। ਜਿੰਦੇ ਪੇਸ਼ੈਂਟਾਂ ਦੇ ਇਲਾਜ ਤਾਂ ਚਲੋ ਆਪਾਂ ਨੂੰ ਪਤਾ ਹੀ ਹੈ ਕਿੰਨੇ ਬਖੂਬੀ ਹੋ ਰਹੇ ਆ। ਮੈਂ ਰੋਜ਼ ਵੀਡੀਓ 'ਚ ਕੀ ਦੱਸਣਾ, ਸਰਕਾਰ ਦੇ ਬੰਦੇ ਹੀ ਰੋਜ਼ ਜਲੂਸ ਕੱਢਦੇ ਸਰਕਾਰ ਦਾ ਲਾਈਵ ਹੋ ਕੇ ਕਿ ਮੈਂ ਸਰਕਾਰੀ ਨੌਕਰ ਹਾਂ ਅਤੇ ਮੈਨੂੰ ਸ਼ਰਮ ਆਉਂਦੀ ਸਰਕਾਰ 'ਚ ਹੁੰਦੇ ਹੋਏ। ਮੇਰਾ ਨਹੀਂ ਮਤਲਬ ਰੋਜ਼ ਰੋਜ਼ ਬੋਲ ਬੋਲ ਕੇ ਮੈਨੂੰ ਤਾਂ ਕੀ ਮਿਲਣਾ, ਆਪ ਜਾ ਕੇ ਦੇਖਿਆ ਕਰੋ ਹਾਲ ਕੀ ਆ ਸਿਵਲ ਹਸਪਤਾਲਾਂ ਦੇ ਵਿੱਚ ਜਾਂ ਸ਼ਮਸ਼ਾਨ ਘਾਟਾਂ ਦੇ ਵਿੱਚ ਕੀ ਹਾਲਾਤ ਆ। ਮੇਰਾ ਇੱਕ ਡ੍ਰੀਮ ਸਜਿਆ ਸੀ ਆ ਰੇੜੇ ਵਾਲੀ ਗੱਲ ਸੁਣ ਕੇ ਕਿ ਰੱਬ ਇੰਨੀ ਕੁ ਔਕਾਤ ਕਰ ਦੇਵੇ ਮੈਂ ਆਪ ਕਮਾਉਣਾ ਸ਼ੁਰੂ ਕਰ ਦਿੰਦਾ ਇੱਕ ਵੈਨ ਪਾ ਦਾਂ ਉੱਥੇ, ਇਹ ਡ੍ਰੀਮ ਸੀ। ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਸ ਹਾਲਾਤਾਂ ਦੇ ਵਿੱਚ ਸਾਡਾ ਦੇਸ਼ ਲੰਘ ਰਿਹਾ, ਕਿਹਨੂੰ ਆਪਾਂ ਸਮਾਰਟ ਦੇਸ਼ ਕਹਿ ਰਹੇ ਹਾਂ ਕਿ ਵੀ ਆਰ ਲਿਵਿੰਗ ਇਨ ਅ ਸਮਾਰਟ ਸਿਟੀ, ਸਾਡਾ ਦੇਸ਼ ਸਿਟੀ ਕਲਾਉਣ ਦੇ ਲਾਇਕ ਨਹੀਂ ਇਕੱਲਾ। ਆ ਬਾਈ ਦਾ CMC ਹੋਸਪਿਟਲ ਦੇ ਵਿੱਚ ਬੱਚਾ ਐਡਮਿਟ ਹੈ ਔਰ 3-4 ਦਿਨ ਤੋਂ ਸਾਡੇ ਕੋਲ ਆ ਰਿਹਾ ਔਰ ਦਰ ਦਰ ਮੰਗਦਾ ਫਿਰ ਰਿਹਾ ਕਿ ਬਾਈ ਯਾਰ ਹਾਲਾਤ ਕਿਆ। ਕੰਮ ਕਰਤੇ ਭਈਆ ਕਿਤਨਾ ਕਮਾਤੇ ਹੋ? 8,000। ਅਬ ਆਪਕੋ ਪੈਸੇ ਮਿਲ ਗਏ ਹੈਲਪ ਕੇ ਲੀਏ? ਕਹਾਂ ਹੈ ਪੈਸੇ? ਪੈਸੇ ਨਿਕਾਲੋ। ਸਾਡੀ NGO ਦੇ ਕੰਮ ਕਰਨ ਦਾ ਤਰੀਕਾ, ਵੀ ਡੂ ਨੋਟ ਅਸੈਪਟ ਮਨੀ ਔਰ ਥਿੰਗਸ। ਮੈਂ ਨਾ ਇੱਕ ਵੀਡੀਓ ਦੇਖੀ ਸੀ ਕੱਲ੍ਹ ਜਿਹਦੇ 'ਚ ਸੇਮ ਬੰਦਾ ਇੱਦਾਂ ਹੀ ਬੋਲ ਰਿਹਾ ਸੀਗਾ, ਕਹਿੰਦਾ ਸਤਿ ਸ਼੍ਰੀ ਅਕਾਲ ਜੀ ਅਸੀਂ ਨੋਟਾਂ ਨੂੰ ਹੱਥ ਨਹੀਂ ਲਾਉਂਦੇ, ਔਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਬੰਦਾ ਕਿੱਦਾਂ ਬੋਲ ਰਿਹਾ ਸੀ। ਹਾਲਾਂਕਿ ਮੈਨੂੰ ਬਹੁਤ ਖੁਸ਼ੀ ਹੈ, ਮੈਂ ਕੋਈ ਇਹ 'ਚ ਉਹ ਸੜਨ ਵਾਲੀ ਗੱਲ ਨਹੀਂ ਕਰ ਰਿਹਾ। ਆਈ ਐਮ ਫੀਲਿੰਗ ਪ੍ਰਾਊਡ ਕਿ ਬਹੁਤ NGOs ਭਾਅ ਜੀ ਕੈਸ਼ ਵਾਲੀਆਂ NGOs ਤੋਂ ਕਨਵਰਟ ਹੋ ਰਹੀਆਂ ਕੈਸ਼ਲੈਸ ਤੋਂ, ਕਿਉਂਕਿ ਉਹਨਾਂ ਨੇ ਨਹੀਂ ਨਾਮ ਲੈਣਾ ਵੀਡੀਓ ਨੋਟ ਦਾ, ਬਿਕੋਜ਼ ਦੇ ਵਰ ਇੰਸਪਾਇਰਡ ਔਰ ਦੇ ਆਰ ਇੰਸਪਾਇਰਡ ਔਰ ਦੇ ਆਰ ਗੈਟਿੰਗ ਇੰਸਪਾਇਰਡ ਫਰੋਮ ਵੀਡੀਓ ਨੋਟ ਅਸੈਪਟ ਮਨੀ ਔਰ ਥਿੰਗਸ। ਬਟ ਆਈ ਫੀਲ ਹੈਪੀ ਕਿ ਤੁਸੀਂ ਜੁੜ ਰਹੇ ਹੋ, ਤੁਸੀਂ ਸੰਸਥਾ ਨੂੰ ਪ੍ਰਮੋਟ ਕਰ ਰਹੇ ਹੋ, ਅਤੇ ਸਾਡੇ ਜਿੱਦਾਂ ਦੇ ਡੋਨਰ ਜੁੜੇ ਹੋਏ ਆ ਭਾਅ ਜੀ ਸਾਡੇ ਅੰਬਾਲੇ ਤੋਂ ਆਏ ਆ ਸਪੈਸ਼ਲ ਸੇਵਾ ਕਰਨ, ਅਤੇ ਕਿੰਨਾ ਸੌਖਾ ਵੀਡੀਓ 'ਚ ਕਹਿਣਾ ਕਿ ਸਪੈਸ਼ਲ ਅੰਬਾਲੇ ਤੋਂ ਆ ਜਾਣਾ। ਥੋੜ੍ਹੀ ਜਿਹੀ ਸ਼ਰਮ ਮਹਿਸੂਸ ਨਹੀਂ ਹੁੰਦੀ ਭਾਅ ਜੀ ਉਹਨਾਂ ਲਈ ਕਿ ਜਿਹੜੇ ਲੁਧਿਆਣੇ 'ਚ ਬਹਿ ਕੇ ਕਦੀ ਅੱਜ ਤੱਕ ਸੇਵਾ ਕਰਨ ਨਹੀਂ ਆਏ, ਤੁਸੀਂ ਅੰਬਾਲਿਓਂ ਉੱਠ ਕੇ ਆ ਗਏ। ਬਾਕੀ ਮੈਨੂੰ ਇਹੀ ਹੁੰਦਾ ਕਿ ਤੁਸੀਂ ਭਾਅ ਜੀ ਪਿਛਲੇ 1.5-2 ਘੰਟੇ ਸਾਡੇ ਕੋਲ ਖੜ੍ਹੇ ਹੋ, ਤੁਸੀਂ 1.5-2 ਘੰਟੇ 'ਚ ਕੀ ਮਹਿਸੂਸ ਕੀਤਾ ਕਿ ਵੀਡੀਓ 'ਚ ਕਿਉਂ ਤੁਹਾਨੂੰ ਲੱਗਿਆ ਕਿ ਮੈਂ ਜਾਣਾ ਹੀ ਜਾਣਾ, ਗਰਾਰੀ ਅੜ ਗਈ, ਅਤੇ ਤੁਸੀਂ ਕੀ ਇੱਥੇ ਮਹਿਸੂਸ ਕੀਤਾ ਜ਼ਰੂਰ ਤੁਸੀਂ ਵੀ ਸ਼ੇਅਰ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਅਨਮੋਲ ਭਾਅ ਜੀ ਤੁਸੀਂ ਹੈਲਪ ਨਹੀਂ ਕਰ ਰਹੇ, ਇਹ ਤੁਸੀਂ ਗਰੀਬਾਂ ਦੀ ਹੈਲਪ ਕਰ ਰਹੇ ਹੋ। ਇਹ ਹੁਣ ਮੈਂ ਇੱਥੇ ਆ ਕੇ ਇਹੀ ਵੇਖਿਆ ਕਿ ਇਹ ਭਾਈ ਸਾਹਿਬ ਜੀ ਆਪਣਾ ਆਪਣੇ ਬਾਰੇ ਨਾ ਕੁਝ ਸੋਚਦੇ ਹੋਏ ਹੋਰਾਂ ਦੇ ਸਾਰਿਆਂ ਦੀ ਹੈਲਪ ਕਰ ਰਹੇ, ਸਾਰਾ ਆਪਣਾ ਇੰਨਾ ਕੀਮਤੀ ਟਾਈਮ ਕੱਢ ਕੇ। ਦੇਖੋ ਦੁੱਖ ਸੁੱਖ ਹਰੇਕ ਦੀ ਲਾਈਫ ਦੇ ਵਿੱਚ ਹੈਗਾ, ਥੋੜ੍ਹਾ ਕਿਸੇ ਦਾ ਇਹ ਹੈ ਕਿ ਤੁਸੀਂ ਦੁੱਖ ਸਾਂਝਾ ਕਰੋਗੇ, ਕੁਛ ਹੈਲਪ ਕਰੋਗੇ ਅਤੇ ਉਹਦੇ ਤੁਹਾਨੂੰ ਆਪਣੇ ਆਪ ਨੂੰ ਪ੍ਰਾਊਡ ਫੀਲ ਹੋਏਗਾ ਅਤੇ ਆਪਣਾ ਅੱਗਾ ਤੁਹਾਡਾ ਠੀਕ ਹੋਊਗਾ ਥੋੜ੍ਹਾ ਜਿਹਾ। ਅਤੇ ਇਸ ਕਰਕੇ ਅਨਮੋਲ ਭਾਅ ਜੀ ਨਾਲ ਜੁੜੋ, ਤੁਸੀਂ ਅਨਮੋਲ ਭਾਅ ਜੀ ਨਹੀਂ ਹੈਲਪ ਕਰ ਰਹੇ, ਤੁਸੀਂ ਗਰੀਬਾਂ ਦੀ ਹੈਲਪ ਕਰ ਰਹੇ ਹੋ, ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕਰੋ। ਮੈਂ ਇੱਥੇ 2 ਘੰਟੇ ਤੋਂ ਖੜ੍ਹਾਂ, ਬਹੁਤ ਅੱਛਾ ਕੰਮ ਕਰ ਰਹੇ ਨੇ ਔਰ ਕਿਸੇ ਤਰ੍ਹਾਂ ਦੀ ਮਤਲਬ ਇੱਕ ਹੁੰਦਾ ਨਾ ਕਿ ਆਪਣੇ ਬਾਰੇ ਸੋਚਣਾ, ਮਤਲਬ ਇਸ ਬੰਦੇ ਨੇ ਆਪਣੇ ਬਾਰੇ ਕੁਛ ਵੀ ਨਹੀਂ ਸੋਚਿਆ ਹੈਗਾ ਟੋਟਲੀ। ਬਸ ਜਦ ਆ ਰਿਹਾ ਮੈਂ ਇਹਨੂੰ ਦੇਖ ਰਿਹਾ ਕਿ ਲਗਾਤਾਰ ਬੋਲਣਾ, ਇਤਨਾ ਮਤਲਬ ਇੱਧਰ ਦੌੜ ਉੱਧਰ ਦੌੜ, ਕਦੀ ਕੋਈ ਆਵਾਜ਼ ਲਗਾ ਰਿਹਾ ਕਦੀ ਕੋਈ ਆਵਾਜ਼, ਸ਼ਾਇਦ ਯਾਰ ਕੋਈ ਆਮ ਇਨਸਾਨ ਨਹੀਂ ਕਰ ਸਕਦਾ। ਅਤੇ ਸਿੱਧਾ ਮਤਲਬ ਮਾਲਕ ਦਾ ਇਸ ਵੀਰ ਦੇ ਸਿਰ ਦੇ ਉੱਤੇ ਹੱਥ ਹੈ ਜਿਹੜਾ ਮਤਲਬ ਮੈਂ ਮਾਲਕ ਮੈਂ ਰੱਬ ਜਿਹੜਾ ਮਤਲਬ ਇੰਨਾ ਵੱਡਾ ਕੰਮ ਕਰ ਰਿਹਾ। ਆਮ ਬੰਦਾ ਕੋਈ ਹੋਵੇ ਤਾਂ ਮੈਂ ਸਹੀ ਕਹਿੰਦਾ ਕਿ ਉਹਦੇ ਮਤਲਬ ਸਿਰ ਦੀ ਨਸ ਫਟ ਜੂਗੀ ਜੀ। ਬਸ ਇਹ ਤਾਂ ਮੇਰੇ ਵੀਰ ਦੇ ਸਿਰ ਦੇ ਉੱਤੇ ਉਸ ਮਾਲਕ ਦਾ ਹੱਥ ਹੈ, ਉਹ ਮਾਲਕ ਨਾਲ ਖੜਾ ਇਹਦੇ, ਕਿਉਂਕਿ ਆਪਣੇ ਬਾਰੇ ਨਹੀਂ ਇਹ, ਗਰੀਬਾਂ ਬੰਦੇ ਬਾਰੇ ਸੋਚ। ਭਾਜੀ ਕਿੰਨੇ ਕੁ ਪੇਸ਼ੈਂਟ ਹੋਊਗੇ ਡੇਲੀ ਦੇ, ਮਤਲਬ ਵੀਡੀਓ ਦੇ ਵਿੱਚ ਕਹਿਣਾ ਮਹੀਨੇ 'ਚ ਇੱਕ ਅੱਧੇ ਪੇਸ਼ੈਂਟ ਦੀ ਵੀਡੀਓ ਪਾਣੀ ਆ? ਤੁਸੀਂ ਕਦੀ ਸਾਡੀ ਇੱਦਾਂ ਦੀ ਵੀਡੀਓ ਦੇਖੀ ਕਿ ਅਸੀਂ ਪੇਸ਼ੈਂਟ ਖੜਾਇਆ ਹੋਵੇ ਉਹ ਰੋ ਰਿਹਾ ਹੋਵੇ ਕਿ ਇਹਦੇ ਅਕਾਊਂਟ 'ਚ ਪਾ ਦਿਓ ਜਾਂ ਪਲੀਜ਼ ਇਹਦੀ ਆ ਕੇ ਹੈਲਪ ਕਰੋ? ਸਿਰਫ ਸੋਲਿਊਸ਼ਨ ਤੋਂ ਬਾਅਦ ਵੀਡੀਓ ਪਾਉਂਦੇ ਹਾਂ। ਹਾਂ ਬਿਲਕੁਲ। ਅਤੇ ਸਾਡੇ ਨਾਲ ਕੁਛ ਪੇਸ਼ੈਂਟਾਂ ਨੇ ਆ ਕੇ ਉਸਤਾਦੀ ਵੀ ਕੀਤੀ? ਹਾਂ ਬਿਲਕੁਲ, ਮੈਂ ਦੇਖਿਆ ਜੀ ਬਿਲਕੁਲ ਬਿਲਕੁਲ। ਬਾਕੀ ਦੇਖੋ ਜਦਾਂ ਮੈਂ ਖੜਾਂ ਅਤੇ ਜ਼ਿਆਦਾ ਨਹੀਂ ਘੱਟੋ ਘੱਟ 20 ਪੇਸ਼ੈਂਟ ਆਏ ਨੇ, ਅਤੇ ਮਤਲਬ ਸ਼ਾਇਦ ਮਤਲਬ ਔਰ ਦੇਖੋ ਹਰੇਕ ਨੂੰ ਇਤਨੇ ਘੱਟ ਟਾਈਮ ਦੇ ਵਿੱਚ ਰੀਡ ਵੀ ਕਰਨਾ, ਨਾਲੋ ਨਾਲ ਹਾਂ ਵੀ ਕਰਨੀ, ਦੇਖੋ ਡੋਨਰ ਵੀ ਖੜੇ ਨੇ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। ਔਰ ਵਾਪਸ ਭਾਜੀ ਦੀ ਸੇਵਾ ਵਾਪਸ ਚੱਲੀ ਹੈ, ਭਾਜੀ ਜਿੰਨੀ ਸੇਵਾ ਕਰਨ ਆਇਆ ਸੀ ਉਹ 'ਚੋਂ ਥੋੜ੍ਹੀ ਲੱਗੀ ਹੈ ਅਤੇ ਬਾਕੀ ਵਾਪਸ ਚੱਲੀ ਹੈ, ਤਾਂ ਰੀਜ਼ਨ ਕੀ ਹੋਊਗਾ ਭਾਜੀ ਕਿਉਂ ਚੱਲੀ ਵਾਪਸ? ਬਸ ਦੇਖੋ ਪੇਸ਼ੈਂਟ ਦੇਖੋ ਜਿਨ੍ਹਾਂ ਦੀ ਸੀ ਨੀਡ ਉਹ ਪੂਰੀ ਹੋ ਗਈ, ਅਤੇ ਭਾਅ ਜੀ ਨੇ ਕੋਈ ਆਪਣੇ ਕੋਲ ਨਹੀਂ ਰੱਖਿਆ, ਅਤੇ ਨਾ ਇਹਨਾਂ ਨੇ ਕਿਹਾ ਵੀ ਹਾਂ ਮੈਨੂੰ ਦੇ ਕੇ ਜਾਓ ਅਤੇ ਮੈਂ ਅਗਲੇ ਦੀ ਸੇਵਾ ਲਾ ਦਿਆਂਗਾ, ਇਹਨਾਂ 'ਤੇ ਮੈਨੂੰ ਵਾਪਸ ਦੇ ਰਹੇ। ਮੈਂ ਕਿਹਾ ਭਾਅ ਜੀ ਕੋਈ ਹੋਰ ਹੋਵੇ ਪੇਸ਼ੈਂਟ ਦੇਖ ਲਓ ਅਤੇ ਮੈਂ ਆਇਆ ਹੋਇਆ ਦੂਰੋਂ ਕੋਈ। ਭਾਅ ਜੀ ਕਹਿੰਦੇ ਨਹੀਂ, ਚਾਹੇ ਅੰਬਾਲੇ ਲਵਾ ਦਈਏ, ਪਰ ਅੱਜ ਹੋਰ ਜ਼ਰੂਰਤ ਹੈ ਨਹੀਂ, ਜਿੰਨੇ ਪੇਸ਼ੈਂਟ ਸੀਗੇ ਸਾਰੀ ਹੈਲਪ ਹੋ ਗਈ ਅੱਜ ਦੀ। ਭਾਅ ਜੀ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੂੰਗਾ ਕਿ ਇਸ ਤੋਂ ਉੱਤੇ ਕੁਛ ਹੈਗਾ ਜਾਂ ਇਸ ਤੋਂ ਵਧੀਆ ਤਰੀਕਾ ਸਾਡੇ 'ਚ ਕੋਈ ਕਮੀ ਪੇਸ਼ੀ ਹੋਵੇ? ਨਹੀਂ ਦੇਖੋ ਅਨਮੋਲ ਵੀਰ ਤਾਂ ਕੋਈ ਕਮੀ ਪੇਸ਼ੀ ਨਹੀਂ, ਦੇਖੋ ਇੱਦੇ ਵਰਗਾ ਕੰਮ ਕਰਕੇ ਵੇਖੋ, ਥੋੜ੍ਹਾ ਆਪਣੇ ਆਪ ਨੂੰ ਪਤਾ ਲੱਗੇਗਾ ਵੀ ਹਾਂ ਕੰਮ ਕਰਨਾ ਆਸਾਨ ਹੈ ਜਾਂ ਗੱਲਾਂ ਕਰਨੀਆਂ ਆਸਾਨ ਨੇ। ਬਾਕੀ ਦੇਖੋ ਅਨਮੋਲ ਵੀਰ ਨਾਲ ਜੁੜੋ, ਤੁਸੀਂ ਇਹਦੀ ਹੈਲਪ ਨਹੀਂ ਕਰ ਰਹੇ, ਇਹਦਾ ਕੋਈ ਨਾਮ ਇਹਦੇ 'ਚ ਵੱਡਾ ਨਹੀਂ ਹੋ ਰਿਹਾ, ਤੁਸੀਂ ਹੈਲਪ ਕਰ ਰਹੇ ਹੋ ਗਰੀਬਾਂ ਦੀ, ਅਤੇ ਜ਼ਰੂਰੀ ਨਹੀਂ ਹੈ ਤੁਸੀਂ ਹੈਲਪ ਕਰਨੀ ਹੈ
ठीक है ये भी करो, इन्हां चीज़ां तो कोई मनाही नहीं, पर एक काम करोगे थोड़ा अपने आप नूं प्राउड फील होएगा, थोड़ी गलत लाइन तो बचोगे, थोड़ा दुनियादारी बारे पता चलूगा। तो बस यही कहना चाहवांगा, बाकी वध तो वध मेरे वीर नाल जुड़ो, बहुत वधिया बहुत चंगा काम कर रहा है जी। भाजी वी डू नॉट दी वीडियो तो पहला तुहानूं लगदा कदी कोई फेसबुक ते इदां दा ट्रेंड चलिया सी जिहड़ियां इन्नियां वीडियोज़ वायरल होईयां सी सेवा दीआं, या सेवा वाले नूं कोई सुणदा इन्ना? नहीं भाजी आपां कोई सुणी होणी साल च कोई इक अद्धी सुणी होणी इक वार, मतलब इन्नी वीडियो रेगुलर देखना और इतना मतलब सक्सेसफुल ये, क्योंकि इहदे विच ना पता क्या मतलब नहीं है अपना, बस जिथे मतलब ना ना होवे ओ फिर कामयाबी है ही है। भाई दे नाल ब्रदर भी आया साडा भरा फैन, नहीं मैं कहूंगा साडी जिंद जाना वीरे, तुसी की कहना चाहोगे? कुछ नहीं ते थैंक यू सारेयां दा, भैया आपके हो गई हेल्प? हां जी। पैसे आपको दे के गए लोग खुद सारे? जी जी। साडी एनजीओ दे काम करन दा तरीका ते डायरेक्ट जिद्दां पेशेंट दा बहुत हुंदे, असीं इक अद्धा ही अगे लैके आने आ कि चलो बाकियां दे पिछों हो जांदी है। हालात बहुत माड़े है, मामा बहुत रो रही अपने बच्चों को बचाने लिए। मैं नहीं कहना हूँ मेरे नाल जुड़ो, देखो तुहाडा सारयां दा सांझा देश है, तुसी भी इंसान हो मैं भी इंसान हाँ, सिर्फ मैनू ही मेरे रब ने दिमाग चा के नहीं पाया कि अनमोल चंगे कर्म कर, तुहानू सारयां नू पाया, ते तुसी प्लीज़ ज़्यादा तो ज़्यादा ज्वाइन करो, ते मेरे नाल ना ज्वाइन करो आप अपने घर के कोल कोई हॉस्पिटल जाके देखो, उत्थे मरीजों नू मिलो। ते मैं स्टाफ का बहुत थैंक यू करना चाहवांगा, जिहड़े भी हॉस्पिटल जिहड़ा भी स्टाफ है उहनां नाल मिलो, जे मेरे च कोई कमी पेशी है तो कमेंटा दे विच दस्सो, सुधारन की कोशिश करांगे। आ जाओ भाजी, बाकी साडे नाल वीर इन्ने जुड़े आ कि कई कैमरे अगे नहीं आते, कोई गल नहीं, तो आ जाओ आ जाओ आ जाओ। भाई की लत्त ठीक नहीं तो हॉस्पिटल सेवा करन आए हुए हैं, तो कदों तो देख रहे हो भाई वीडियो? मेरे हो गया साल। साल भाजी की लग गया यार ऐसा कि मतलब जुड़ना ही जुड़ना, इस उम्र के जल्दी जुड़िया नहीं जाता, क्यों रीजन दो? मेरे सारे अपने मतलब शराब नशे पत्ते अजक पंजाब बहुत चल रहे हैं, तो लोगों नहीं वारा करते तो वेल ही नहीं कि कोई आके सेवा करे इतने आके। मैं इन्ना रही ना मैं जो भी अपने पंजाब की गल करता ना, मैं बड़ा दिल से पत्थर रख के कहना कि मेरा पंजाब का हालात बुरे है, कोई नहीं अपना ढिड नंगा करके दिखाता होंगे ना, मेरे एन आर आई वीर है, एन आर आई वीर करके एन जी ओ चल रही है, जे एन आर आई साथ छड़ दें तो ये एन जी ओ खत्म है, कितने माण महसूस ना करन इंडिया वाले कि इंडिया वाले सिर पर चल रही है। कल भी एक भैया आए थे, उन्होंने 50,000 सेवा करनी सी, आए पेशेंटा नूं 5,000 10,000 वंड के, कल भी एक भाजी ने आना उन्होंने 10,000 सेवा उन्होंने कर देने, ऐदा एन आर आई करके जाते, ज्योति दीदी ने सेवा भेजी सी, ऐदा ही सारे पेशेंट करते रहेंगे। मैं कल एक स्कूल के गया तो उत्थे बच्चों नाल अट्रैक्शन होंगी, तो कोई भी स्कूल ऐसा नहीं है कि जिते असी जाइए तो उत्थे बच्चे रोए ना हो। मैं नहीं पता कि मैं नहीं कहता कि मैं बड़ा तगड़ा मोटीवेशनल स्पीकर हाँ, क्योंकि फेसबुक से मोटीवेशन देनी तो लाइव जाके बच्चों के बच्चे जाके मोटीवेशन देनी दोनों जमीन आसमान का फर्क है। तो तुम जो तुम बच्चों को जाने उन्होंने दिल की गल करते हो तो उन्होंने अंदर होंगे कि साढ़े कोई आया तो असं उन्होंने अपने दिल की गल करिए। तो मेरे को कल एक सिस्टर आई रोन लग पी बहुत ज़्यादा कि वीरे मैं तुहाडे नाल गल करनी है। मैं कहा हाँ जी दीदी, वो पहली कुड़ी सी दुनिया के जिदी गल का मेरे को जवाब नहीं सी। उस कुड़ी ने मैं सवाल किया कि वीरे कुड़ियां नू पिछे क्यों रखा जाता, मेरे घर भरा भी है पर मैनू इन्ना प्यार क्यों नहीं मिलता जिन्ना मेरे भरावां नू मिलता। तो मैं उस कुड़ी नू कुछ नहीं जवाब दिता, मैं कहा भैणे तेरे च कोई कमी नहीं, कमी है जानवर लोगों च जिन्हां दे मोटे दिमाग है, क्योंकि असीं जिन्ना मर्जी कहीए कुड़ियां मुंडे बराबर है पर मैं सच्चाई दसनी चाहवांगा कितने कितने कुड़ियां नू पिछे रखा जाता, सारियां अगे नहीं कितने ना कितने फील्ड च कितने ना कितने रखा जाता। तो कुड़ी बेचारी बहुत परेशान सी कि वीरे मेरी हैल्प करो, मैं अपने माँ बाप को नहीं रहना चाहती, शायद हो सकता कुड़ी भी गलत हो या माँ बाप गलत हो। कहण का मकसद यह है कि बच्चों नाल जाके टाइम स्पेंड करन मैं लगता कि मेरा जीवन उत्थे जाके इसलिए सफल हो रहा, बच्चों मिल के उन्होंने गलबात करके मेरिया भैन बन जाए मेरे भरा बन जाते अपने दिल की गल करते हैं। कई एक मुंडा मिलेगा परसों स्कूल के मांगड़ स्कूल कहता भाई मेरे मम्मी डैडी का डिवोर्स हो गया, डैडी मेरे मम्मी मिलन नहीं देंगे, स्कूल सारा एक सी ते टीचर भी कहें कि अनमोल जिस बच्चे ने सुधार सकता सुधार दे, किसी गल नहीं करता कला बैठा ही रोंदा रहा, वो बंदा डिप्रैशन से नहीं जाऊगा और कितने जाऊगा। ये चीज़ों का हल की है यार, हल है तुहाडा मिलाप, उन्होंने मिलो जाके उन्होंने गलबात करो, उन्होंने स्टेशनरी डोनेट कर दो, कापियां पेंसिलों के भुखे नहीं हो तुहाडी, पर चाहिए सही जगह सेवा लो। बाकी अंकल जी ना साडे नाल दो दिन तो खड़े, आ जाओ अंकल जी आ जाओ आ जाओ। मैं बोलना नहीं 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 आओ तो सही सच बोलना कोई नहीं नहीं बोलना पैना, ये दो दिन तो अंकल जी सानू देख रहे हैं, सिर्फ दसना दो दिन तो देख रहे हैं, दो दिन तो सानू नोटिस कर रहे हैं, मतलब दो दिन तो जे असी तीन घंटे इत्थे खड़े हैं तीन घंटे साडे नाल खड़े हैं, तो दसो असी अंकल जी तीन घंटे की देखते रहे, तुसी अपने दिल की गल कोई सांझी करो। जी बहुत सारे बंदे दी हेल्प करदे, कोई भी हुंदा इन्हां नूं खाली नहीं जांदा, जिन्नी भी हुंदी है करदे है, इन्ना इन्ना काम कोई नहीं कर सकता। मैं एक गल जानदा दुनिया अपने लिए जींदी है लोगों लिए जींदी है, असीं भी मतलब लिए जी रहे हैं, बस गरारी ये अड़ गई कि साड़ी गरारी अड़ गई कि भाई तेरी हेल्प करनी है, तो सोशल मीडिया का सही यूज़ लेना, तो बाकी बहुत कुछ हुंदा दिल दे विच साथ दिओ, तुहाडी लोड़ है तो www.anmolngo.com ते रजिस्टर करो, नंबर है 7889168489। तो थैंक यू सो मच, गॉड ब्लेस यू।